ਸੋ ਕੀ ਹਾਲ ਆ ਵੀ ਮੇਰੇ ਵੀਰੋ, ਹੋਰ ਕਿਵੇਂ ਹੋ? ਸਾਰੇ ਜਣੇ ਘੈਂਟ ਹੋ? ਆਸ ਕਰਦਾ ਸਾਰੇ ਬੰਦੇ ਘੈਂਟ ਹੋਣੇ ਆ। ਅਤੇ ਅੱਜ ਦੇ ਬਲੌਗ ਵਿੱਚ ਮੈਂ ਕਰਦਾ ਹਾਂ ਤੁਹਾਡਾ ਸਵਾਗਤ, ਠੀਕ ਆ ਜੀ। ਅਤੇ ਅੱਜ ਦਾ ਬਲੌਗ ਬਹੁਤ ਹੀ ਨੌਲੇਜ ਬੇਸਡ ਅਤੇ ਇਨਫੋਰਮੇਸ਼ਨ ਵਾਲਾ ਬਲੌਗ ਆ। ਵੀਡੀਓ ਨੂੰ ਸਕਿੱਪ ਨਾ ਕਰਿਓ। ਮੈਂ ਅੱਜ ਤੁਹਾਨੂੰ ਦੱਸੂੰਗਾ ਦੋ ਤਰ੍ਹਾਂ ਦੇ ਵਾਈਫਾਈ ਬਾਰੇ, ਠੀਕ ਆ ਜੀ। ਇੱਕ ਤਾਂ ਹੁੰਦਾ ਫਾਈਬਰ ਵਾਲਾ, ਠੀਕ ਆ ਜੀ, ਅਤੇ ਦੂਜਾ ਹੁੰਦਾ ਵਾਇਰਲੈਸ, ਜਿਹੜਾ ਕਿ ਆਪਣੇ ਛੱਤ ਦੇ ਉੱਤੇ ਜਾਂ ਕੋਠੇ ਉੱਤੇ ਕਹਿ ਲਓ ਵੀ ਐਂਟੀਨਾ ਲੱਗਦਾ, ਛੱਤਰੀ ਟਾਈਪ ਐਂਟੀਨਾ ਲੱਗਾ ਹੁੰਦਾ ਜਿਹਦੇ ਰਾਹੀਂ ਵੀ ਰੇਂਜ ਖਿੱਚਦਾ ਵੱਡੇ ਟਾਵਰ ਤੋਂ, ਹੈ ਨਾ, ਆਪਣੇ ਕੋਠੇ ਜਿਹੜਾ ਐਂਟੀਨਾ ਲੱਗ ਜਾਂਦਾ। ਅਤੇ ਦੂਜੀ ਮੈਂ ਗੱਲ ਕਰਨ ਲੱਗਾ ਬੀਐਸਐਨਐਲ ਵਾਲਾ, ਜਿਹੜਾ ਫਾਈਬਰ ਵਾਲਾ, ਜਾਣੀ ਕਿ ਤਾਰ ਵਾਲਾ ਹੁੰਦਾ, ਜਿਹੜਾ ਕਿ ਆਪਣੇ ਕਿਤੇ ਵੀ ਘਰ ਦੇ ਲਾਗੇ ਛਾਗੇ ਬੋਕਸ ਲੱਗਾ ਹੁੰਦਾ, ਉਹਦੇ ਵਿੱਚੋਂ ਆਪਾਂ ਨੂੰ, ਹੈ ਨਾ, ਵਾਇਰ ਲੱਗ ਕੇ ਆਪਣੇ ਘਰ ਰੇਂਜ ਆਉਂਦੀ ਆ, ਠੀਕ ਆ ਜੀ। ਅਤੇ ਇਹਨਾਂ ਦਾ ਮੈਂ ਪਹਿਲਾਂ ਦੋਨਾਂ ਦੀ ਤੁਹਾਨੂੰ ਮੈਂ ਸਪੀਡ ਚੈੱਕ ਕਰਾਉਂਦਾ, ਆਪਾਂ ਚੱਲੀਏ ਆ ਜਾਓ ਪਹਿਲਾਂ ਫੋਨ ਦੀ ਸਕਰੀਨ 'ਤੇ, ਇੱਕ ਅੰਦਾਜ਼ਾ ਦੱਸਣ ਲੱਗਾ ਵੀ ਕਿਹੜੀ ਸਪੀਡ ਕਿੰਨੀ ਆਉਂਦੀ, ਕਿਹੜੀ ਸਪੀਡ ਕਿੰਨੀ ਆਉਂਦੀ, ਬਾਅਦ 'ਚ ਉਹਦੇ ਬਾਰੇ ਥੋੜ੍ਹੀ ਜਿਹੀ ਆਪਾਂ ਚਰਚਾ ਕਰਾਂਗੇ। ਚਲੋ ਸਕਰੀਨ 'ਤੇ। ਸੋ ਸਕਰੀਨ 'ਤੇ ਮਿੱਤਰੋ ਆਪਾਂ ਆ ਗਏ ਹਾਂ, ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਚੈੱਕ ਕਰਾ ਦਿੰਦਾ। ਤੁਸੀਂ ਚੈੱਕ ਕਰ ਸਕਦੇ ਆ ਮੇਰੇ ਦੋ ਵਾਈਫਾਈ ਸ਼ੋਅ ਹੋਣ ਦੇ ਆ, ਇੱਕ ਹੋ ਰਿਹਾ ਹਰਜੋਤ ਦੇ ਨਾਮ ਤੋਂ ਜਿਹਦੇ 'ਤੇ ਕਨੈਕਟ ਆ ਆਲਰੇਡੀ ਫੋਨ, ਦੂਜਾ ਆ ਕਲਿਆਣ ਸਾਹਿਬ, ਠੀਕ ਆ ਜੀ। ਜਿਹੜਾ ਹਰਜੋਤ ਵਾਲਾ ਵਾਈਫਾਈ ਆ ਇਹ ਆ ਫਾਈਬਰ, ਯਾਨੀ ਕਿ BSNL ਦਾ, ਅਤੇ ਜਿਹੜਾ ਕਲਿਆਣ ਸਾਹਿਬ ਵਾਲਾ ਆ ਇਹ ਆ ਕਨੈਕਟ ਦਾ, ਯਾਨੀ ਕਿ ਵਾਇਰਲੈਸ ਵਾਲਾ ਟਾਵਰ ਵਾਲਾ, ਠੀਕ ਆ ਜੀ। ਅਤੇ ਮੈਂ ਤੁਹਾਨੂੰ ਪਹਿਲਾਂ ਦੋਨਾਂ ਦੀ ਪਹਿਲਾਂ ਚੈੱਕ ਕਰਾਉਂਦਾ ਹਾਂ ਸਪੀਡ। ਪਹਿਲਾਂ ਆਪਾਂ ਕਰਦੇ ਹਾਂ ਹਰਜੋਤ ਵਾਲੀ ਸਪੀਡ ਚੈੱਕ, ਠੀਕ ਹੈ। ਤੁਸੀਂ ਕੁਛ ਨਹੀਂ ਕਰਨਾ, ਬਰਾਊਜ਼ਰ 'ਚ ਚੱਲ ਜਾਣਾ, ਕੋਈ ਵੀ ਸਪੀਡ ਚੈੱਕ ਕਰਨ ਵਾਲਾ ਐਪ ਤੁਸੀਂ ਸਰਚ ਮਾਰ ਲੈਣਾ, ਜਿੱਦਾਂ ਕਿ ਮੈਂ fast.com ਸਰਚ ਮਾਰ ਕੇ ਦੇਖਣ ਲੱਗਾ ਵੀ ਕੀ ਸਪੀਡ ਆ ਰਹੀ ਆ, ਠੀਕ ਹੈ ਜੀ। ਇਹ ਹੁਣ BSNL ਦੀ ਸਪੀਡ ਚੈੱਕ ਹੋਣ ਲੱਗੀ ਆ, ਠੀਕ ਹੈ ਜੀ। ਤਾਂ ਆਪਾਂ ਚੈੱਕ ਕਰਦੇ ਹਾਂ ਵੀ ਕਿੰਨੀ, ਮਤਲਬ ਇਹਦੀ ਸਪੀਡ ਟੌਪ ਆ ਜਾਂ ਕਿੰਨੀ 'ਤੇ ਰਹਿੰਦਾ ਆ। 38 MPPS ਇਹਦੀ ਜੀ ਇਹਨੇ ਨੋਟਿਸ ਕੀਤੀ ਆ, ਬਟ ਕਈ ਵਾਰੀ ਕੀ ਹੁੰਦਾ 70 MPPS ਤੱਕ ਵੀ ਚੱਲ ਜਾਂਦੀ ਆ, 50 ਵੀ ਚੱਲ ਜਾਂਦੀ। ਇੱਥੋਂ ਆਪਾਂ ਇਹਨੂੰ ਜੱਜ ਨਹੀਂ ਕਰ ਸਕਦੇ, ਮੈਂ ਤੁਹਾਨੂੰ ਦੱਸਦਾ ਕਿੱਥੋਂ ਆਪਾਂ ਦੇਖ ਸਕਦੇ ਹਾਂ ਵੀ ਇੰਟਰਨੈਟ ਕਿੱਦਾਂ ਵਧੀਆ ਜਾਂ ਘਟੀਆ, ਕੀ ਹਿਸਾਬ ਤਾਂ ਮੈਂ ਤੁਹਾਨੂੰ ਸਾਰਾ ਦੱਸੂਗਾ। 2 ਮਿੰਟ ਰੋਜ਼ ਇਹਨੂੰ ਬਸ ਲੋਡਿੰਗ ਹੋ ਲੈਣ ਦਿਓ, ਠੀਕ ਆ ਜੀ। ਹੁਣ ਜਿਹੜੀ ਆ ਅਨਲੋਡਡ MS ਆ ਰਹੀ ਆ, ਇਹ ਆ ਰਹੀ ਆ ਗੇਮਿੰਗ ਵਾਲਿਆਂ ਦੀ ਸਪੀਡ, ਜਿੱਦਾਂ ਜਿਹੜੇ ਪਬਜੀ ਖੇਡਦੇ ਆ ਉਹਦੇ ਵਿੱਚ ਪਿੰਗ ਆਪਾਂ ਬੋਲ ਦਈਦੀ ਹੈ ਨਾ ਵੀ ਹਾਂ ਵੀ ਯਾਰ ਮੇਰੇ 70 ਦੀ ਪਿੰਗ ਆ ਰਹੀ, 80 ਦੀ ਆ ਰਹੀ ਜਾਂ 10 ਦੀ ਆ ਰਹੀ, ਜਿੱਦਾਂ ਵੀ ਆ। ਹੁਣ ਇਹਦੇ 'ਤੇ ਆ ਰਹੀ ਆ 13 ਦੀ, ਕਹਿਣ ਦਾ ਭਾਵ ਇਹ ਆ ਵੀ ਪੂਰੀ ਟੌਪ ਕਲਾਸ, ਯਾਨੀ ਕਿ ਬਹੁਤ ਵਧੀਆ ਗੇਮਿੰਗ ਹੋਊਗੀ, ਪੂਰੀ ਸਮੂਥਨੈਸ ਗੇਮ ਚੱਲੂਗੀ, ਠੀਕ ਆ ਜੀ। ਹੁਣ ਦੇਖੋ ਇਹਦੀ ਸਪੀਡ ਸੀਗੀ ਮੇਨ ਆਈ 38 MPPS ਐਪ ਦੇ ਹਿਸਾਬ ਨਾਲ, ਹੁਣ ਇਹਦੀ ਡਾਊਨਲੋਡਿੰਗ ਦੀ ਸਪੀਡ ਆ 70 MBPS ਪਰ ਸੈਕਿੰਡ, ਠੀਕ ਆ ਜੀ। ਅਤੇ 160 MBI ਆ ਇਹਦੀ ਅਪਲੋਡਿੰਗ ਸਪੀਡ, ਯਾਨੀ ਕਿ ਕੁੱਲ ਮਿਲਾ ਕੇ ਜੇ ਆਪਾਂ ਮੈਂ ਗੱਲ ਕਰੀਏ ਵੀ ਕਿੱਥੋਂ ਜੱਜ ਹੋ ਸਕਦਾ, ਆਪਾਂ ਹਮੇਸ਼ਾ ਜਦੋਂ ਵੀ ਤੁਸੀਂ ਕਦੀ ਵੀ ਕਿਸੇ ਵੀ ਐਪ ਦੇ ਵਿੱਚੋਂ ਚੈੱਕ ਕਰੋਗੇ ਨਾ, ਤੁਸੀਂ ਸਿਰਫ ਅਪਲੋਡਿੰਗ ਸਪੀਡ ਚੈੱਕ ਕਰਨੀ ਆ ਵੀ ਕਿੰਨਾ ਦੇ ਰਿਹਾ ਇੰਟਰਨੈਟ ਜਾਂ ਵਾਈਫਾਈ ਕਿੰਨਾ ਦੇ ਰਿਹਾ, ਸਿਮ ਕਿੰਨੀ। ਹੁਣ ਇਹਦੀ 160 ਦੇ ਰਹੀ ਆ, ਜਾਣੀ ਕਿ ਬਹੁਤ ਜ਼ਿਆਦਾ ਸਮੂਥ ਲੈਵਲ 'ਤੇ, ਮਤਲਬ ਕਿ ਇਹਦਾ ਕੰਮ ਚੱਲ ਰਿਹਾ, ਠੀਕ ਆ ਜੀ। ਹੁਣ ਇਹਨੂੰ ਆਪਾਂ ਕਰਦੇ ਹਾਂ ਇੱਥੋਂ ਕੱਟ, ਕੁਕੀ ਵਗੈਰਾ ਕਰ ਦਿੰਦੇ ਹਾਂ ਆਪਾਂ, ਇਹਦੀ ਹਿਸਟਰੀ ਵਗੈਰਾ ਕਰ ਦਿੰਦੇ ਕਲੀਅਰ। ਅਤੇ ਹੁਣ ਆਪਾਂ ਚੈੱਕ ਕਰਦੇ ਹਾਂ ਵਾਇਰਲੈਸ ਵਾਲੇ ਦੀ, ਇਹ ਹੁਣ ਮੈਂ ਕਰਨ ਲੱਗਾ ਹਾਂ। ਇਹ ਮੈਂ ਹੁਣ ਕਨੈਕਟ ਕਰ ਲਿਆ ਜੀ ਆਪਣੇ ਕਲਿਆਣ ਸਾਹਿਬ, ਜਾਣੀ ਕਿ ਜਿਹੜਾ ਮੇਰੇ ਘਰ ਵਾਇਰਲੈਸ ਵਾਲਾ ਵੀ ਲੱਗਾ ਹੋਇਆ, ਠੀਕ ਆ ਜੀ। ਇਹ ਹੁਣ ਉਹਨਾਂ ਕਨੈਕਟ ਹੋ ਗਿਆ, ਤਾਂ ਹੁਣ ਆਪਾਂ ਇਹਦੀ ਸਪੀਡ ਚੈੱਕ ਕਰਦੇ ਹਾਂ ਕਿੰਨੀ ਗਾਉਂਦੀ ਆ। ਤੁਸੀਂ ਹੋਰ ਵੀ ਕੋਈ ਐਪ ਯੂਜ਼ ਕਰ ਸਕਦੇ, ਬਟ ਮੈਨੂੰ fast.com ਵਧੀਆ ਲੱਗਦਾ, ਮੈਂ ਜਿੰਨੀ ਵਾਰ ਵੀ ਚੈੱਕ ਕਰਦਾ ਹੁੰਦਾ ਇਹਦੇ ਤੋਂ ਸਪੀਡ ਚੈੱਕ ਕਰਦਾ। ਹੁਣ ਤੁਸੀਂ ਨੋਟਿਸ ਕਰ ਸਕਦੇ ਆ ਵੀ ਇਹਦੀ ਵੀ ਹੁਣ 1.3 ਲਾਸਟ ਚੱਲ ਗਈ, 6 ਚੱਲ ਜੂਗੀ, ਜਿੱਥੇ ਤੱਕ ਮੇਰਾ ਅੰਦਾਜ਼ਾ 5 ਤੋਂ ਤਾਂ ਮੈਂ ਕਦੀ ਦੇਖੀ ਨਹੀਂ ਇਹਦੀ ਗਈ, ਠੀਕ ਆ ਜੀ। ਮੇਰੇ ਕਾਫੀ ਦੇਰ ਤੋਂ ਇਹ ਲੱਗਾ ਹੋਇਆ, ਆਈ ਥਿੰਕ 2016 ਤੋਂ, ਮਤਲਬ ਕਿ ਮੇਰੇ ਵਾਈਫਾਈ ਲੱਗਾ ਹੋਇਆ ਸੀ, ਬਟ ਮੈਂ ਹੁਣ ਕਿਸੇ ਕਾਰਨ ਕਰਕੇ ਘਟਾ ਦੇਣ ਲੱਗਾ, ਉਹ ਬਾਕੀ ਮੈਂ ਤੁਹਾਨੂੰ ਬਾਅਦ 'ਚ ਦੱਸੂਗਾ। ਫਿਲਹਾਲ ਲਈ ਆਪਾਂ ਇਹਦੀ ਸਪੀਡ ਵੀ ਚੈੱਕ ਕਰਕੇ ਦੇਖਦੇ ਹਾਂ ਲਾਸਟ ਕਿੰਨੀ ਦਿੰਦਾ, ਕਿੰਨਾ ਸਮੂਥ ਚੱਲਦਾ, ਠੀਕ ਆ ਜੀ। ਹੁਣ ਜੇ ਇਹਦੀ ਆਪਾਂ ਗੱਲ ਕਰੀਏ, ਜਿਹੜੀ ਆਪਣੀ ਮੇਨ ਪਿੰਗ ਹੁੰਦੀ ਨਾ, ਹੁਣ ਚੈੱਕ ਕਰਕੇ ਦੇਖੋ ਤੁਸੀਂ, ਅਪਲੋਡਡ ਆ ਰਹੀ 60, ਉਹਦੀ ਕਿੱਥੇ 13 ਰਹਿ ਗਈ ਸੀ, ਇਹਦੀ ਕਿੱਥੇ 60 ਆ, ਕਿੰਨਾ ਫਰਕ ਪੈ ਗਿਆ, ਜ਼ਮੀਨ ਅਸਮਾਨ ਦਾ ਤਕਰੀਬਨ ਫਰਕ ਚਲਾ ਗਿਆ, ਠੀਕ ਆ ਜੀ। ਅਤੇ ਇਹ ਵੀਡੀਓ ਮਤਲਬ ਕਿ ਮੰਥ ਦੇ ਬਿਲਕੁਲ ਲਾਸਟ ਡੇ ਦੇ ਵਿੱਚ ਬਣ ਰਹੀ ਆ, ਠੀਕ ਆ, ਮੈਂ ਤੁਹਾਨੂੰ ਪਹਿਲੇ ਦੱਸ ਦੇਵਾਂ। ਮਤਲਬ ਕਿ ਜ਼ਿਆਦਾ ਤੋਂ ਜ਼ਿਆਦਾ ਯਾਰ ਇਹਦੀ ਪਿੰਗ ਵੀ ਰਹਿ ਵੀ ਜਾਂਦੀ ਆ ਤਾਂ 30 ਤੱਕ ਰਹਿੰਦੀ, ਇਹ ਤੋਂ ਥੱਲੇ ਬਹੁਤ ਰੇਅਰ ਕਿਤੇ ਚਾਂਸ ਆ ਵੀ ਆ ਗਈ, ਨਹੀਂ ਤਾਂ ਨਹੀਂ। ਅਤੇ ਜੇ ਰਹਿ ਗਈ ਗੱਲ ਕਰੀਏ ਇਹਦੀ ਅਪਲੋਡਿੰਗ ਦੀ, ਚਲੋ ਲਾਸਟ ਡੇ ਆਪਾਂ ਮੰਨ ਲੈਂਦੇ, ਬਟ ਉੱਦਾਂ ਮਤਲਬ ਕਿ ਅੱਜ 5.8 ਆਈ ਆ, ਇਹਦੀ ਵੀ ਬੜੀ ਮੁਸ਼ਕਿਲ ਨਾਲ 20 ਤੋਂ ਤਾਂ ਨਹੀਂ ਜਾਂਦੀ, ਠੀਕ ਹੈ ਜੀ। ਕਹਿਣ ਦਾ ਭਾਵ ਕੁੱਲ ਮਿਲਾ ਕੇ ਇਹ ਆ ਵੀ ਬੀ ਆ, ਇੱਕ ਫਾਈਬਰ ਵਾਲੇ 'ਚ ਅਤੇ ਇੱਕ ਵਾਇਰਲੈਸ ਵਾਲੇ 'ਚ ਜ਼ਮੀਨ ਅਸਮਾਨ ਦਾ ਫਰਕ ਆ। ਹੁਣ ਤੁਸੀਂ ਇਹ ਦੋਨਾਂ ਦੀ ਕਰ ਲਈਏ ਸਪੀਡ ਚੈੱਕ, ਅਤੇ ਬਾਕੀ ਹੁਣ ਮੈਂ ਤੁਹਾਨੂੰ ਇਹਦੇ ਫਾਇਦੇ ਦੋਨਾਂ ਦੇ ਨੁਕਸਾਨ ਵੀ ਦੱਸਦਾ ਕੀ ਆ।
ਹੁਣ ਜਿੱਦਾਂ ਕਿ ਮਿੱਤਰੋ ਤੁਸੀਂ ਫਾਈਬਰ ਵਾਲੀ ਦੀ ਸਪੀਡ ਵਿੱਚ ਚੈੱਕ ਕਰ ਲਈ ਆ, ਅਤੇ ਤੁਸੀਂ ਇੱਕ ਵਾਇਰਲੈੱਸ ਵਾਲੀ ਦੀ ਵੀ ਸਪੀਡ ਚੈੱਕ ਕਰ ਲਈ ਹੈ, ਵਾਈਫਾਈ ਵਾਲੀ, ਠੀਕ ਆ ਜੀ, ਦੋਨਾਂ ਦੀ। ਜੇ ਪਹਿਲਾਂ ਗੱਲ ਕਰੀਏ ਪਲੈਨ ਦੀ, ਦੋਨਾਂ ਦੇ ਪਲੈਨ ਰੇਟ ਸੇਮ ਆ। ਜਿਹੜਾ ਵਾਇਰਲੈੱਸ ਸੀ ਉਹ ਮੈਨੂੰ ਪੈਂਦਾ ਜੀ 750 ਰੁਪਏ ਦਾ, ਅਤੇ ਜਿਹੜਾ ਆਪਣਾ ਫਾਈਬਰ ਵਾਲਾ ਉਹਦਾ ਮੈਨੂੰ ਪੈਣਾ ਆ ਅਰਾਊਂਡ ਕੋਈ 707 ਰੁਪਏ, 710 ਰੁਪਈਏ ਲਾ ਲਿਓ, ਠੀਕ ਆ ਜੀ, ਪਰ ਮੰਥ ਦਾ। ਹੁਣ ਦੋਨਾਂ ਦਾ ਮੈਂ ਸ਼ੁਰੂਆਤ ਕਰਾਂ ਵੀ ਜੇ ਆਪਾਂ ਦੋਨਾਂ 'ਚੋਂ ਜੇ ਤਾਂ ਲਗਵਾਉਣਾ ਹੋਵੇ, ਦੋਨਾਂ ਦਾ ਅਲੱਗ ਅਲੱਗ ਪ੍ਰੋਸੈਸ ਆ, ਉਹ ਵੀ ਮੈਂ ਤੁਹਾਨੂੰ ਦੱਸਦਾ। ਜੇ ਤਾਂ ਤੁਸੀਂ ਲਗਵਾਉਣਾ ਆ ਫਾਈਬਰ ਵਾਲਾ, ਯਾਨੀ ਕਿ BSNL ਵਾਲਾ, ਉਹਦੇ ਵਿੱਚ ਤੁਹਾਨੂੰ ਇਹ ਆ ਵੀ ਉਹਦੇ 'ਚ 600 ਰੁਪਏ ਸਿਕਿਉਰਿਟੀ ਆ, ਜਿਹੜਾ ਮੋਡਮ ਲੱਗਣਾ ਉਹ ਫਰੀ ਆ, ਘਰ ਤੱਕ ਤਾਰ ਆਉਣੀ ਉਹ ਫਰੀ ਆ, ਅੱਜ ਦੀ ਡੇਟ 'ਚ ਦੱਸ ਰਿਹਾ। ਨੈਕਸਟ ਅੱਗੇ ਚੱਲ ਕੇ ਕੀ ਇਹ ਫਰੀ ਦਿੰਦੇ ਕਿ ਨਹੀਂ ਮੈਨੂੰ ਨਹੀਂ ਪਤਾ, ਅੱਜ ਜੋ ਚੱਲ ਰਿਹਾ ਇਹਨਾਂ ਦਾ, ਠੀਕ ਆ ਜੀ। ਔਰ ਤਕਰੀਬਨ ਮੈਂ ਪਿੰਡ ਤੋਂ ਬਿਲੋਂਗ ਕਰਦਾ, ਮੇਰੇ ਪਿੰਡ 'ਚ BSNL ਤਾਂ ਘੱਟੋ ਘੱਟ ਨਹੀਂ 19-20 ਮਤਲਬ ਕਨੈਕਸ਼ਨ ਹੋ ਚੁੱਕੇ ਆ। ਇਹ ਜਿੰਨੀ ਕੁ ਪਾਵਰ ਲੈ ਕੇ ਆਏ ਸੀ ਉਹ ਹੋ ਚੁੱਕੀ ਲਾਸਟ, ਕੱਲ੍ਹ ਮੇਰਾ ਇਲਾਕੇ ਹਟਿਆ, ਠੀਕ ਆ ਜੀ। ਅਤੇ ਮੈਂ ਯੂਜ਼ ਵੈਸੇ ਇਹਨੂੰ BSNL ਵਾਲਿਆਂ ਨੂੰ ਹਫ਼ਤਾ 10 ਦਿਨ ਕੀਤਾ, ਮੇਰੇ ਫਰੈਂਡ ਸਰਕਲ 'ਚ ਲੱਗਾ ਹੋਇਆ, ਲੱਗ ਗਿਆ। ਮੈਂ ਸਿਰਫ ਚੈੱਕ ਵਾਸਤੇ ਹੀ ਕੀਤਾ ਵੀ ਦੇਖਣਾ ਸੀਗਾ ਵੀ ਹਾਂ ਵੀ ਸਪੀਡ ਵਾਕਈ ਬੈਸਟ ਆ, ਐਵੇਂ ਬਸ ਗੱਲਾਂ ਹੀ ਆ, ਹੈ ਨਾ, ਠੀਕ ਆ। ਹੁਣ BSNL ਦਾ ਇੱਕ ਇਹ ਵੀ ਆ ਵੀ ਇਹਨਾਂ ਨੇ ਮੇਰੇ ਤੋਂ ਕੋਈ ਪੈਸਾ ਨਹੀਂ ਲਿਆ, ਠੀਕ ਆ ਜੀ। ਮੰਥ ਦੇ ਲਾਸਟ ਵਿੱਚ ਜਾ ਕੇ ਮਤਲਬ ਕਿ ਮੈਂ ਪੇ ਕਰਨਾ, ਇੱਕ ਤਾਂ ਬਿੱਲ ਪੇ ਕਰਨਾ, ਠੀਕ ਆ ਜੀ। ਦੂਜੇ ਨੰਬਰ ਉੱਤੇ ਸਿਕਿਉਰਿਟੀ ਪੇ ਹੋਣੀ 600 ਰੁਪਈਆ, ਉਹ ਵੀ ਕਿਸ਼ਤਾਂ ਵਿੱਚ ਹੀ ਦੇਣੀ ਹੈ, ਮਤਲਬ ਕਿ ਆਪਾਂ ਇਕੱਠੀ ਇੰਸਟਾਲ ਨਹੀਂ ਕਰਨੀ, ਇੰਸਟਾਲਮੈਂਟਾਂ ਵਿੱਚ ਜਾਣੀ ਆ, ਇੱਕੋ ਵਾਰੀ 'ਚ ਨਹੀਂ ਆਪਾਂ ਦੇਣੀ। ਉਹ ਵੀ ਮਤਲਬ ਕਿ ਕਹਿੰਦੇ ਮਰਜ਼ੀ ਆ, ਤੁਸੀਂ ਪਹਿਲਾਂ ਦੇਣੇ ਪਹਿਲਾਂ ਦੇ ਦਿਓ, ਕਿਸ਼ਤਾਂ 'ਚ ਦੇਣੇ ਕਿਸ਼ਤਾਂ 'ਚ ਦੇ ਦਿਓ, ਉਹ ਆਪਣੀ ਮਰਜ਼ੀ ਆ, ਆਪਣੀ ਕੰਡੀਸ਼ਨ ਦੀ, ਹੈ ਨਾ, ਜੇਬ ਦੇ ਹਿਸਾਬ ਨਾਲ ਕਹਿ ਲਓ ਵੀ ਮਤਲਬ ਕਿ ਤੁਸੀਂ ਪੇ ਕਰ ਸਕਦੇ ਆ। ਅਤੇ ਜੇ ਗੱਲ ਮੈਂ ਕਰਾਂ ਹੁਣ ਇੱਥੇ ਹੀ ਉਹੀ ਪ੍ਰਾਈਵੇਟ ਵਾਲੇ ਦੀ, ਵਾਇਰਲੈੱਸ ਵਾਲੇ ਦੀ, ਉਹ ਘੱਟੋ ਘੱਟ ਨੇ ਮੈਂ 2016 'ਚ ਲਵਾਏ, ਉਸ ਟਾਈਮ ਉਹਨਾਂ ਨੇ ਮੇਰੇ ਕੋਲ 2000-2500 ਰੁਪਏ ਦੇ ਅਰਾਊਂਡ ਚਾਰਜ ਲਏ ਸੀ ਸਿਕਿਉਰਿਟੀ ਦੇ, ਠੀਕ ਆ ਜੀ। ਅਤੇ ਪਲੈਨ ਦਾ ਵੱਖਰਾ, ਇਹ ਕਹਿ ਲਓ ਵੀ ਜਿੱਦਾਂ ਹੁਣ ਇਹਨਾਂ ਨੇ ਮੋਡਮ ਫਰੀ ਦੇ, ਅਤੇ ਉਹ ਮੋਡਮ ਦੇ ਪੈਸੇ ਉਹਨਾਂ ਨੇ ਮੇਰੇ ਤੋਂ ਲੈ ਲਏ, ਇੱਦਾਂ ਵੀ ਮੰਨ ਸਕਦੇ ਹਾਂ। ਹੁਣ ਜੇ ਗੱਲ ਕਰਾਂ ਮੈਂ ਮੋਡਮ ਦੀ, ਜਿਹੜਾ ਤਾਂ ਲੱਗਾ ਵਾਇਰਲੈੱਸ ਵਾਲਿਆਂ ਦਾ ਉਹ ਲੱਗਾ ਟੀਪੀ ਲਿੰਕ, ਅਤੇ ਜਿਹੜਾ ਦੂਜਾ ਉਹ ਸ਼ਾਇਦ ਸਕਾਈ ਰੂਟ ਕਰਕੇ ਨਾਮ ਆ ਉਹ ਲੱਗਾ, ਨਾਲੇ ਉਹਦੇ ਵਿੱਚ ਪਾਵਰ ਦੋਨਾਂ 'ਚ ਹੀ ਸੇਮ ਹੁੰਦੀ, ਉਹ ਵੀ 2.4 GHz 'ਤੇ ਕੰਮ ਕਰਦਾ, ਉਹ ਵੀ 2.4 GHz 'ਤੇ ਕੰਮ ਕਰਦਾ, ਦੋਨੋਂ ਸੇਮ ਆ, ਕੋਈ ਵਿੱਚ ਫਰਕ ਨਹੀਂ ਹੈਗਾ। ਜੇ ਤੁਹਾਨੂੰ ਲੱਗੇ ਵੀ ਹਾਂ ਵੀ ਪੂਰੀ ਸਪੀਡ ਖਰੇ ਤਾਂ ਜ਼ਿਆਦਾ ਹੋਣੀ ਆ, ਉਹਦਾ ਮੋਡਮ ਬੈਸਟ ਹੋਊਗਾ, ਬਟ ਆਲਵੇਜ਼ ਮੈਂ ਇੱਕ ਗੱਲ ਕਹਾਂ, ਫਾਈਬਰ ਦੀ ਹਮੇਸ਼ਾ ਸਪੀਡ ਵਾਇਰਲੈੱਸ ਨਾਲੋਂ ਜ਼ਿਆਦਾ ਹੁੰਦੀ ਆ, ਇਹ ਗੱਲ ਹਮੇਸ਼ਾ ਮਾਇੰਡ 'ਚ ਕਲਿੱਕ ਕਰਕੇ ਰੱਖ ਲਓ। ਅਤੇ ਬਾਕੀ ਮੈਂ ਤੁਹਾਨੂੰ ਹੁਣ ਇੱਕ ਮੇਨ ਗੱਲ ਦੱਸਣ ਲੱਗਾ ਸੀਗਾ, ਰਹਿ ਗਈ ਹੁਣ ਆਪਣੀ ਗੱਲ ਪਲੈਨ ਦੀ ਵੀ ਹੋ ਗਈ, ਆਪਣੀ ਪਲੈਨ ਦਾ ਹਾਂ ਵੀ ਦੋਨਾਂ ਦਾ ਸੇਮ ਚੱਲ ਰਿਹਾ। ਸਿਕਿਉਰਿਟੀ ਹੁਣ ਇੰਨੀ ਜ਼ਿਆਦਾ ਕਿਉਂ ਆ ਬਈ, ਕਿਉਂਕਿ ਇਹ ਪ੍ਰਾਈਵੇਟ ਆ, ਉਹ ਗੌਰਮੈਂਟ ਨੇ ਜੋ ਫੀਸ ਆ ਉਹ ਲੈਣੀ, ਫਿਰ ਸਭ ਤੋਂ ਵੱਡਾ ਬੈਨੀਫਿਟ ਫਾਈਬਰ ਵਾਲੇ ਦਾ ਇਹ ਆ, ਜਿਹੜੀ ਆਪਾਂ 600 ਰੁਪਈਆ ਇਹਨਾਂ ਨੂੰ ਸਿਕਿਉਰਿਟੀ ਚਾਰਜਸ ਦਿੱਤੇ ਆ, ਉਹ ਬਾਅਦ 'ਚ ਆਪਾਂ ਨੂੰ ਮਿਲ ਜਾਣੇ ਆ ਵਾਪਸ, ਠੀਕ ਆ ਜੀ। ਅਤੇ ਪ੍ਰਾਈਵੇਟ ਵਿੱਚ ਕੋਈ ਰੁਪਈਆ ਨਹੀਂ ਮੋੜਦੇ, ਐਵੇਂ ਤੁਹਾਨੂੰ ਪਾਗਲ ਬਣਾਉਣ ਵਾਸਤੇ ਕਹਿ ਦੇਣਗੇ ਵੀ ਹਾਂ ਵੀ ਅਸੀਂ ਤੁਹਾਡੀ ਸਿਕਿਉਰਿਟੀ ਮੁੜਦਾ, ਕੁਛ ਨਹੀਂ ਮੁੜਿਆ, ਮੈਨੂੰ ਕੁਛ ਨਹੀਂ ਦੇਣਾ ਇਹਨਾਂ ਨੇ, ਕਨੈਕਸ਼ਨ ਮੈਂ ਆਲਰੇਡੀ ਕਟਾ ਚੁੱਕਾ, ਬਸ 2-4 ਦਿਨਾਂ ਵਿੱਚ ਇਹਨਾਂ ਨੇ ਆਪਣੀ ਕੋਠੀ ਤੋਂ ਜਿਹੜੀ ਛਤਰੀ 'ਤੇ ਐਂਟੀਨਾ ਹੁੰਦਾ ਇਹਨਾਂ ਨੇ ਉਹ ਲਾ ਕੇ ਲੈ ਜਾਣਾ, ਬਾਕੀ ਸਮਾਨ ਸਾਰਾ ਮੇਰਾ ਹੀ ਆ। ਜਿਹੜੀ ਤਾਰ ਉੱਤੋਂ ਪੈਂਦੀ ਹੈ ਉਹਦੇ ਚਾਰਜ ਸੱਚ ਵੱਖਰੇ, ਉਹ ਤਾਂ ਮੈਂ ਤੁਹਾਨੂੰ ਦੱਸਿਆ ਨਹੀਂ, ਉਹਦੇ ਵੀ 3500 ਰੁਪਈਆ ਘੱਟੋ ਘੱਟ ਦਿੰਦੇ, ਵੀ ਕੁੱਲ ਮਿਲਾ ਕੇ ਇਹ ਕਹਿ ਲਓ ਵੀ ਜਿਹੜਾ ਪ੍ਰਾਈਵੇਟ ਵਾਲਾ ਵਾਇਰਲੈੱਸ ਵਾਲਾ ਇਹ ਆਪਾਂ ਨੂੰ ਜ਼ਿਆਦਾ ਕੋਸਟਲੀ ਲੈਵਲ 'ਤੇ ਪੈ ਜਾਂਦਾ। ਇਹਨਾਂ ਨੇ ਪਹਿਲੀ ਵਾਰੀ ਤਾਰ ਤੁਹਾਨੂੰ ਫਰੀ ਦੇਣੀ, ਵੀ ਕੁਛ ਮੀਟਰ ਤੱਕ ਬਾਅਦ 'ਚ ਚਾਰਜਸ ਲੈਂਦੇ ਆ। ਕਹਿਣ ਦਾ ਭਾਵ ਇਹ ਆ ਵੀ ਤੁਸੀਂ ਘਰ 'ਚ ਲਗਵਾ ਲਓ, ਇਹਨਾਂ ਨੇ ਥੋੜ੍ਹੇ ਬਹੁਤੇ ਤੁਹਾਡੇ ਤੋਂ ਪੈਸੇ ਕੱਢ ਲੈਣੇ ਆ, ਜਿਹੜੀ ਮੇਨ ਗੱਲ ਆ। ਅਤੇ ਇਹ ਹੋ ਗਈ ਹੁਣ ਆਪਣੀ ਪਲੈਨਸ ਦੀ ਗੱਲ ਹੋ ਗਈ, ਹੁਣ ਰਹਿ ਗਈ ਗੱਲ ਆਪਣਾ ਵੀ ਕਿਹੜਾ ਬੈਸਟ ਆ ਅਤੇ ਜਾਂ ਕਿਹੜਾ ਲਵਾਉਣਾ ਚਾਹੀਦਾ, ਕਿਹੜਾ ਨਹੀਂ ਲਵਾਉਣਾ ਚਾਹੀਦਾ। ਮੈਂ ਆਪਣਾ ਪਰਸਨਲ ਰਿਵਿਊ ਦੇਵਾਂ, ਤਾਂ ਮੈਨੂੰ ਲੱਗਦਾ ਅੱਜ ਦੀ ਡੇਟ 'ਚ ਫਾਈਬਰ ਬੈਸਟ ਆ, ਜੇ BSNL ਤੁਹਾਡੇ ਘਰ ਤੱਕ ਆਉਂਦਾ ਸਭ ਤੋਂ ਬੈਸਟ ਆ। ਹੋਰ ਵੀ ਹੈਗੇ ਆ, ਜੀਓ ਦਾ ਵੀ ਹੈਗਾ, ਨੈੱਟ ਪਲੱਸ ਦਾ ਵੀ ਹੈਗਾ, ਬਟ ਮੈਂ ਉਹਨਾਂ ਦੇ ਨਾਲ ਨਾ, ਮੈਂ ਯੂਜ਼ ਕਰਕੇ ਦੇਖੇ, ਮੈਂ ਜੀਓ ਦਾ ਯੂਜ਼ ਕੀਤਾ, ਬਹੁਤ ਵਧੀਆ ਜੀਓ ਦਾ। ਜੇ ਤੁਹਾਡੇ ਘਰ ਤੱਕ ਜੀਓ ਆਉਂਦਾ ਫਾਈਬਰ ਤਾਂ ਜੀਓ ਲਗਵਾ ਲਓ, ਬਟ ਮੇਰਾ ਓਪੀਨੀਅਨ ਇਹੀ ਆ ਵੀ ਤੁਸੀਂ BSNL ਯੂਜ਼ ਕਰੋ, ਸਭ ਤੋਂ ਬੈਸਟ ਆ। ਹੁਣ ਮੈਂ ਨੌਰਥ ਜ਼ੋਨ 'ਚ, ਇੰਡੀਆ ਦੇ ਨੌਰਥ ਜ਼ੋਨ 'ਚ ਰਹਿੰਦਾ, ਪੰਜਾਬ 'ਚ ਰਹਿੰਦਾ, ਸਾਡੇ ਇੱਕ ਪਿੰਡਾਂ ਤੱਕ ਮੈਂ BSNL ਦੀ ਫਾਈਬਰ ਪੈ ਚੁੱਕੀ ਆ, ਤਾਂ ਮੈਂ BSNL ਦਾ ਨਾ ਲਗਵਾ ਲਿਆ। ਹੁਣ BSNL ਦਾ ਲੌਸ ਜਿਹੜਾ ਸਭ ਤੋਂ ਵੱਡਾ ਦੱਸਾਂ, ਲੌਸ ਸਭ ਤੋਂ ਵੱਡਾ ਫਾਈਬਰ ਵਾਲੇ ਦਾ ਇਹ ਆ, BSNL ਵਾਲੇ ਦਾ ਇਹ ਪਰ ਮੰਥ ਦੀ ਪਰ ਮੰਥ, ਠੀਕ ਆ ਜੀ। ਆਪਾਂ ਨੂੰ ਜਾ ਕੇ ਤਾਂ ਪਹਿਲੀ ਗੱਲ ਤਾਂ ਬਿੱਲ ਪੇ ਕਰਕੇ ਆਉਣਾ ਪੈਣਾ, ਜਿੱਦਾਂ ਹੁਣ ਮੇਰਾ 26 'ਤੇ ਲੱਗ ਗਿਆ, 18 'ਤੇ ਕਹਿੰਦੇ ਮੇਰਾ ਮਹੀਨਾ ਹੋ ਜਾਣਾ ਨਾ, ਤਾਂ ਮੈਨੂੰ ਉਹ ਤੋਂ 2-4 ਦਿਨ ਪਹਿਲਾਂ ਹੀ ਪੇ ਕਰਨਾ ਪੈਣਾ। ਜੇ ਮੈਂ ਲੇਟ ਕਰਤਾ ਤਾਂ ਮੈਨੂੰ ਇਹਨਾਂ ਨੇ ਪਾਉਣੀ ਆ ਪਲੈਂਟੀ, ਠੀਕ ਆ ਜੀ, ਪਲੈਂਟੀ ਲੱਗਦੀ ਆ। ਜੇ ਫਰਜ਼ ਕਰ ਲਓ 710 ਦਾ ਬਿੱਲ ਆ, ਜੇ 2-4 ਦਿਨ ਮੈਂ ਲੇਟ ਕਰਤਾ, ਮੈਨੂੰ ਉਹੀ ਚਾਰਜਸ ਪਾ ਜਾਣੇ ਆ। ਤਾਂ ਕਈ ਵਾਰ ਇੱਦਾਂ ਵੀ ਹੋ ਜਾਂਦੀ ਆ, ਨੰਬਰ ਵੀ ਸਸਪੈਂਡ ਕਰ ਦਿੰਦੇ ਆ ਜਿਹੜਾ ਆਪਣਾ ਆਪਾਂ ਇਹਨਾਂ ਨੂੰ ਦਿੱਤਾ ਹੁੰਦਾ, ਅਤੇ ਨੰਬਰ ਹਮੇਸ਼ਾ ਇਹਨਾਂ ਨੂੰ ਉਹ ਹੀ ਦੇਣਾ ਆ ਜਿਹੜਾ ਤੁਹਾਡਾ ਪਰਸਨਲ, ਹਾਂ ਵੀ ਇਹ ਤੁਹਾਨੂੰ ਪਤਾ ਵੀ ਜਿੰਨਾ ਚਿਰ ਵਾਈਫਾਈ ਲੱਗਣਾ ਚੱਲਦਾ ਹੀ ਰਹਿਣਾ, ਕਿਉਂਕਿ ਉਹਦੇ ਥਰੂ ਹੀ ਬਿੱਲ ਪੇ ਹੁੰਦੇ ਆ, ਉਹਦੇ ਥਰੂ ਹੀ ਤੁਹਾਡਾ ਸਾਰਾ ਕੁਛ ਹੁੰਦਾ।
ਇਹ ਇੱਕ ਲੌਸ ਆ ਸਭ ਤੋਂ ਵੱਡਾ, ਕਿਉਂਕਿ ਕਈ ਵਾਰ ਬੰਦੇ ਨੂੰ ਜੇ ਚੇਤਾ ਭੁੱਲ ਗਿਆ ਇਹਨਾਂ ਨੇ ਕਨੈਕਸ਼ਨ ਉਸੇ ਵੇਲੇ ਬੰਦ ਹੋ ਜਾਣਾ, ਨੈੱਟ ਤੁਹਾਡੇ ਦਿਲ ਨੂੰ ਫਟ ਜਾਣਾ। ਤਰਨਾ ਜੇ ਤੁਸੀਂ ਬਿੱਲ ਪੇ ਨਹੀਂ ਕਰੋਗੇ ਤੁਸੀਂ ਗੌਰਮੈਂਟ ਵੱਲੋਂ ਸੰਮਣ ਵੀ ਆ ਜਾਂਦੇ ਆ ਵੀ ਹਾਂ ਤੁਸੀਂ ਬਿੱਲ ਪੇ ਨਹੀਂ ਕੀਤਾ। ਪ੍ਰਾਈਵੇਟ ਵਿੱਚ ਇਹੀ ਬੈਨੀਫਿਟ ਆ, ਜੇ 5-7 ਦਿਨ ਉੱਪਰ ਥੱਲੇ ਹੋ ਜਾਂਦੇ ਆ ਤਾਂ ਕੋਈ ਪ੍ਰੋਬਲਮ ਨਹੀਂ, ਇਹ ਬੰਦ ਨਹੀਂ ਕਰਦੇ, ਇੰਟਰਨੈਟ ਤੁਹਾਡਾ ਚੱਲਦਾ ਹੀ ਰਹਿੰਦਾ ਅਤੇ ਬਿੱਲ ਤੁਹਾਡਾ ਇਹਨਾਂ ਨੇ ਮੰਥਲੀ ਆ ਕੇ ਆਪਣੇ ਆਪ ਹੀ ਘਰੋਂ ਲੈ ਜਾਂਦੇ ਆ। ਠੀਕ ਆ ਜੀ, ਪਰ ਚਲੋ ਮੈਂ ਥੋੜ੍ਹਾ ਜਿਹਾ ਤਾਂ ਕਰਕੇ ਕਨੈਕਸ਼ਨ ਕਟਾ ਦਿੱਤਾ ਕਿਉਂਕਿ ਮੈਨੂੰ ਸਪੀਡ ਦਾ ਮਤਲਬ ਆ, ਮੈਨੂੰ ਸਪੀਡ ਬੈਸਟ ਨਹੀਂ ਹੁੰਦੀ, ਇਹ 'ਚ ਸਪੀਡ ਬਹੁਤ ਵਧੀਆ ਆਉਂਦੀ ਆ। ਤੁਹਾਨੂੰ ਸਪੀਡ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਨਾ ਪਊਗਾ, ਅਤੇ ਜੇ ਤੁਸੀਂ ਵਾਇਰਲੈਸ ਲਵਾਉਂਦੇ ਹੋ ਥੋੜ੍ਹਾ ਸਪੀਡ ਨਾਲ ਕੰਪਰੋਮਾਈਜ਼ ਤਾਂ ਕਰਨਾ ਹੀ ਪੈਣਾ, ਜਿੰਨੇ ਡਿਵਾਈਸ ਕਨੈਕਟ ਹੋਈ ਜਾਣਗੇ ਅਤੇ ਉਨਾ ਹੀ ਬੋਝ ਪਈ ਜਾਣਾ। ਹੁਣ ਮੇਰੇ ਘਰ LED ਆ, ਮੈਂ ਉਹ ਵੀ 4K 'ਤੇ ਚਲਾਉਂਦਾ, ਮੇਰਾ ਫੋਨ ਆ ਮੈਂ ਉਹ ਵੀ 4K ਪਲੇਅ ਕਰਕੇ ਦੇਖਿਆ ਵੀਡੀਓ 'ਚ, ਕਿਤੇ ਕੋਈ ਲੈਗ ਨਹੀਂ, ਕੋਈ ਵੀਡੀਓ ਨਹੀਂ ਰੁਕਦੀ, ਬਹੁਤ ਵਧੀਆ ਸਮੂਥ 'ਤੇ ਚੱਲਦੀ ਆ। ਮੈਂ ਵੈਬ ਸੀਰੀਜ਼ ਕੱਲ੍ਹ ਦੇਖ ਰਿਹਾ, ਬਹੁਤ ਟੌਪ ਦਾ ਚੱਲਦਾ ਨੈੱਟ। ਠੀਕ ਆ ਜੀ, BSNL ਦੇ ਵਿੱਚ ਤੁਹਾਨੂੰ ਕੰਪਰੋਮਾਈਜ਼ ਸਪੀਡ 'ਚ ਕਰਨ ਦੀ ਲੋੜ ਨਹੀਂ, ਬਸ ਇਹੀ ਆ ਵੀ ਬਿੱਲ ਟਾਈਮ ਟੂ ਟਾਈਮ ਪੇ ਕਰਨਾ ਪੈਣਾ, ਔਨਲਾਈਨ ਵੀ ਪੇ ਹੋ ਜਾਂਦਾ। ਠੀਕ ਆ ਜੀ, ਅਤੇ ਰਹਿ ਗਈ ਗੱਲ ਹੁਣ ਮੈਂ ਕਰਾਂ ਖਰਚਿਆਂ ਦੀ, ਖਰਚੇ ਦੋਨੇ ਬਰਾਬਰ ਆ, ਕੁਛ ਖਾਸ ਫਰਕ ਨਹੀਂ, ਬਟ ਜਿਹੜੀ GB ਜ਼ਿਆਦਾ ਤੁਹਾਨੂੰ BSNL 'ਚ ਮਿਲਦੀ 3300 GB ਬਹੁਤ ਹੁੰਦੀ ਆ, 3300, ਯਾਨੀ ਕਿ 3300 GB ਪਰ ਮੰਥ, ਅਤੇ ਰੋਜ਼ ਦੀ 110 GB, ਯਾਨੀ ਕਿ 110 GB ਰੋਜ਼ ਦੀ, ਬਹੁਤ ਜ਼ਿਆਦਾ ਹੁੰਦੀ ਹੈ। ਮੈਂ ਕਹਿੰਦਾ ਤੁਸੀਂ ਘਰ ਦੇ ਵਿੱਚ ਚਾਹੇ ਤੁਸੀਂ ਗੇਮਿੰਗ ਵੀ ਕਰਦੇ ਹੋ ਨਾ, ਨਹੀਂ ਮੁੱਕਣੀ ਬਈ 110 GB ਤੁਹਾਡੇ ਕੋਲ, ਬਹੁਤ ਹੁੰਦੀ 110 GB। ਅਤੇ ਵੀਡੀਓ ਅਪਲੋਡਿੰਗ ਦੀ ਗੱਲ ਕਰਾਂ, ਮੈਂ ਕੱਲ੍ਹ ਇੱਕ ਫਿਲਮ ਦੀ ਮਤਲਬ ਕਿ ਅਪਲੋਡ ਕੀਤੀ ਯੂਟਿਊਬ 'ਤੇ, ਜਸਟ ਚੈੱਕ ਕਰਨ ਵਾਸਤੇ ਵੀ ਕੀ ਸਪੀਡ ਆ, ਉਹ ਵੀਡੀਓ ਅਰਾਊਂਡ ਹੋਣੀ ਆ ਕੋਈ 10 GB ਦੀ ਸੀਗੀ। ਠੀਕ ਆ ਜੀ, ਉਹ ਇੰਨੇ ਬੜੀ ਮੁਸ਼ਕਲ ਦੇ ਨਾਲ ਘੰਟੇ ਦੇ ਵਿੱਚ, ਘੰਟੇ ਦੇ ਅੰਦਰ ਅੰਦਰ ਹੀ ਅਪਲੋਡ ਕਰ ਦਿੱਤੀ 10 GB, ਘੰਟੇ ਤੋਂ ਵੀ ਘੱਟ ਹੀ ਲੱਗਣਾ, ਆਈ ਥਿੰਕ 30-45 ਮਿੰਟ ਮੰਨ ਕੇ ਚੱਲੋ। ਅਤੇ ਜਿਹੜਾ ਦੂਜਾ ਆ ਉਹਦੇ 'ਚ ਘੱਟੋ ਘੱਟ ਨਹੀਂ 3-4 ਘੰਟੇ ਖਾ ਜਾਂਦਾ, ਹੁਣ ਤੁਸੀਂ ਇੱਥੋਂ ਦੇਖ ਲਓ ਕਿੰਨਾ ਫਰਕ ਆ। ਬਾਕੀ ਜੇ ਮੈਂ ਹੁਣ ਲਾਸਟ ਰਿਵਿਊ ਦੇਵਾਂ, ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਨੂੰ BSNL ਬੈਸਟ ਲੱਗਦਾ, ਅਤੇ ਜੇ ਤੁਹਾਡਾ ਵਿਚਾਰ ਆ ਵੀ ਹਾਂ ਵੀ ਨਹੀਂ ਫਾਈਬਰ ਨਾਲੋਂ ਬੈਸਟ ਵਾਇਰਲੈਸ ਆ, ਤਾਂ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਲਵਾ ਸਕਦੇ ਆ। ਠੀਕ ਆ ਜੀ, ਅਤੇ ਹੁਣ ਮੈਂ ਇੱਕ ਹੋਰ ਤੁਹਾਨੂੰ ਬੈਨੀਫਿਟ ਦੱਸਾਂ BSNL ਦਾ, ਮੈਂ ਉਹਦੇ ਬਾਰੇ ਤਾਂ ਕਹੂੰਗਾ ਨਹੀਂ ਕਿਉਂਕਿ ਮੇਰੇ ਸਾਨੂੰ ਟੋਟਲੀ ਲੋਸ ਆ, ਤੁਸੀਂ ਲਗਵਾ ਲਓਗੇ। ਜਿਹੜਾ ਬੰਦਾ ਸਿਮ ਤੋਂ ਉੱਠ ਕੇ ਵਾਈਫਾਈ 'ਚ ਆ ਰਿਹਾ ਉਹਨੂੰ ਵਧੀਆ ਲੱਗਣਾ, ਬਟ ਜਿਹੜਾ ਔਲਰੈਡੀ ਵਾਈਫਾਈ ਯੂਜ਼ ਕਰ ਰਿਹਾ ਉਹ ਬੰਦਾ ਮਤਲਬ ਕਿ ਕਦੀ ਵੀ ਨਹੀਂ ਕਹੂਗਾ ਤੁਹਾਨੂੰ ਕਿ ਤੁਸੀਂ ਵਾਇਰਲੈਸ ਲਗਵਾਓ, ਕਿਉਂਕਿ ਸਭ ਤੋਂ ਵੱਡਾ ਹੁਣ ਬੈਨੀਫਿਟ ਇਹ ਆ ਵਾਈ, ਮੈਂ ਤੁਹਾਨੂੰ ਦੱਸਾਂ ਜਿਹੜਾ ਮੇਨ ਇੱਕ ਹੋਰ ਆ, ਮੀਂਹ ਆ ਜਾਵੇ ਬਿਜਲੀ ਲਿਸ਼ਕੇ ਤੁਹਾਨੂੰ ਵਾਈਫਾਈ ਬੰਦ ਕਰਨ ਦੀ ਲੋੜ ਨਹੀਂ ਫਾਈਬਰ ਵਾਲੇ ਦੀ। ਹਾਂ, ਬੱਤੀ ਵੱਧ ਘੱਟ ਕਰਿਆ ਕਿ ਮੋਡਮ ਸੜ ਗਿਆ ਉਹਦੀ ਕੋਈ ਗਰੰਟੀ ਨਹੀਂ। ਠੀਕ ਆ ਜੀ, ਅਤੇ ਜੇ ਗੱਲ ਕਰਾਂ ਵਾਇਰਲੈਸ ਦੀ, ਬੱਦਲ ਵੀ ਹੋ ਗਿਆ, ਬੱਦਲ ਮਾੜਾ ਗਰਜੀ ਵੀ ਪਿਆ, ਤੁਹਾਨੂੰ ਆਪਣਾ ਬੰਦ ਕਰਨਾ ਹੀ ਪੈਣਾ ਉਸੇ ਵੇਲੇ ਵਾਈਫਾਈ, ਕਿਉਂਕਿ ਉਹਦੇ ਵਿੱਚੋਂ ਜੇ ਉਹਦੀ ਆਵਾਜ਼ ਦੀ ਸਾਊਂਡ ਦੇ ਨਾਲ ਹੀ ਆਪਣਾ ਜਾਂ ਤਾਂ ਮੋਡਮ ਸੜ ਜਾਂਦਾ ਅਤੇ ਜਾਂ ਤਾਰ ਖਰਾਬ ਹੋ ਜਾਂਦੀ, ਅਤੇ ਜੇ ਬਿਜਲੀ ਲਿਸ਼ਕੀ ਫਿਰ ਤਾਂ ਤੁਹਾਨੂੰ ਪੱਕਾ ਬੰਦ ਕਰਨਾ ਹੀ ਪੈਣਾ ਵਾਈਫਾਈ, ਨਹੀਂ ਤਾਂ ਤੁਹਾਡਾ ਮੋਡਮ ਉਹਨੇ ਸਾੜ ਦੇਣਾ। ਬਹੁਤ ਜਲਦੀ ਮਤਲਬ ਕਿ ਉਹਨੂੰ ਉਹ ਅਟਰੈਕਟ ਕਰਦੀ ਆ, ਬਿਜਲੀ ਬਹੁਤ ਜਲਦੀ ਮੋਡਮ ਨੂੰ ਫੜਦੀ ਆ। ਠੀਕ ਆ ਜੀ, ਇਹ ਇੱਕ ਸਭ ਤੋਂ ਵੱਡਾ ਲੋਸ ਆ। ਫਿਰ ਇੱਕ BSNL ਦਾ ਹੋਰ ਬੈਨੀਫਿਟ ਇਹ ਆ, ਤੁਹਾਡੇ ਘਰ ਤੱਕ ਤਾਰ ਆਉਣੀ ਆ ਜਿਹੜੀ, ਉਹ ਹੈਗੀ BSNL ਦੀ ਜ਼ਿੰਮੇਵਾਰੀ 'ਤੇ, ਤੁਹਾਡੇ ਘਰ ਤੋਂ ਜਿਹੜੀ ਅੰਦਰ ਨੂੰ ਵੜ ਗਈ ਹੈ ਨਾ ਉਹ ਤੁਹਾਡੀ ਜ਼ਿੰਮੇਵਾਰੀ 'ਤੇ, ਵੀ ਘਰ ਟੱਕ ਲੱਗ ਜਾਵੇ ਜਾਂ ਖਰਾਬ ਹੋ ਜਾਵੇ, ਜੇ ਉਤੋਂ ਬਾਹਰ ਬਾਹਰ ਖਰਾਬ ਹੁੰਦੀ ਤਾਂ BSNL ਵਾਲੇ ਆਪ ਆਉਣਗੇ ਨਵੀਂ ਪੱਕ ਜਾਣਗੇ। 24 ਘੰਟੇ ਸਰਵਿਸ ਦਿੰਦੇ ਆ, ਸਰਵਿਸ ਵਧੀਆ, ਮੇਰੀ ਏਰੀਏ 'ਚ ਸਰਵਿਸ ਬਹੁਤ ਟੌਪ ਦੀ ਦਿੰਦੇ ਆ, 24 ਘੰਟਿਆਂ 'ਚ ਆ ਕੇ ਸਰਵਿਸ ਦੇ ਕੇ ਜਾਂਦੇ, ਇੱਦਾਂ ਦਾ ਕੋਈ ਚੱਕਰ ਨਹੀਂ ਹੈਗਾ। ਤਾਂ ਫੋਨ ਦੀ ਗੱਲ ਕਰੀਏ, ਫੋਨ ਵੀ ਇਹ ਚੱਕਦੇ ਆ ਮੁੰਡੇ, ਕੋਈ ਚੱਕਰ ਨਹੀਂ, ਰਾਤੀ ਆਏ ਸੀ ਮੁੰਡੇ 4 ਜਣੇ, ਮੈਂ ਚੌਹਾਂ ਨਾਲ ਹੀ ਗੱਲ ਕਰਕੇ ਦੇਖੀ, ਐਕਸਪੀਰੀਅੰਸ ਦੇਖਿਆ, ਮੈਨੂੰ ਵਧੀਆ ਲੱਗਾ। ਉਹ ਕਹਿੰਦਾ ਭਾਈ ਇਹ ਸਾਡਾ ਟਾਈਮ ਨਾ ਲੱਗੇ, ਅਸੀਂ 24 ਘੰਟੇ ਅੰਦਰ ਅੰਦਰ ਆ ਕੇ ਬੰਦਰਾ ਹੱਲ ਕਰਕੇ ਜਾਈਦਾ। ਠੀਕ ਨਹੀਂ, ਅਤੇ ਜੇ ਮੈਂ ਗੱਲ ਕਰਾਂ ਪ੍ਰਾਈਵੇਟ ਵਾਲਿਆਂ ਦੀ, ਇਹ ਵੀ ਕਰ ਜਾਂਦੇ, ਬਟ ਕਈ ਕਵਾਰ ਕਿਤੇ ਨਾ ਕਿਤੇ ਐਂ ਕਰਨ ਦੇ, ਭਾਅ ਜੀ ਹੁਣ ਕੱਲ੍ਹ ਆਵਾਂਗੇ, 5 ਵੱਜ ਗਏ, ਇੱਦਾਂ ਆ, ਜਾਂ ਤੜਕੇ ਫੋਨ ਵੀ ਨਹੀਂ ਕਈ ਵਾਰ ਛੇਤੀ ਕਿਤੇ ਚੱਕਦੇ। ਮੇਰਾ ਐਕਸਪੀਰੀਅੰਸ ਮੇਨਾ ਮਤਲਬ ਕਿ ਜਿੱਦਾਂ ਹੁੰਦੀ ਵੀ, ਜਿਹੜਾ ਮੇਰਾ ਐਕਸਪੀਰੀਅੰਸ ਆ ਵਾਇਰਲੈਸ ਵਾਲਾ ਨਾਲ। ਸਿਟੀ ਦੇ ਵਿੱਚ ਗੱਲ ਕਰਾਂ, ਸਿਟੀ ਵਿੱਚ ਤਾਂ ਯਾਰ ਇਹਨਾਂ ਨੇ ਆਲਮੋਸਟ ਵਧੀਆ ਹੀ ਸਰਵਿਸ ਦੇਣੀ ਹੈ, ਚਾਹੇ ਜਿਹੜਾ ਮਰਜ਼ੀ ਲਓ, ਬਟ ਹਾਂ ਸਪੀਡ ਉਹੀ ਰਹਿਣੀ ਆ, ਸਪੀਡ 'ਚ ਫਰਕ ਨਹੀਂ ਪੈਣਾ। ਸਰਵਿਸ ਤੋਂ ਕਹਿਣ ਦਾ ਮਤਲਬ ਵੀ ਹਾਂ ਤੁਸੀਂ ਕਾਲ ਕੀਤੀ ਆ ਜਾਣਗੇ, ਭਾਈ ਮੇਰਾ ਕਹਿਣ ਦਾ ਮਤਲਬ ਇਹ ਆ ਸਿਟੀ ਦੇ ਵਿੱਚ, ਬਟ ਪਿੰਡਾਂ ਦੇ ਵਿੱਚ ਮੋਸਟਲੀ ਤੁਹਾਨੂੰ ਪਤਾ ਪਿੰਡ 2-2, 4-4 ਕਿਲੋਮੀਟਰ ਦੂਰ ਹੁੰਦੇ ਆ, ਥੋੜ੍ਹਾ ਖੇਚਲ ਕਰਨ ਤੋਂ ਘਬਰਾ ਜਾਂਦੇ ਆ। ਠੀਕ ਆ ਜੀ, ਹੁਣ ਕੁੱਲ ਮਿਲਾ ਕੇ ਇੱਥੇ ਆਪਾਂ ਵਲੋਗਿੰਗ ਕਰਦੇ ਹਾਂ ਸਮਾਪਤੀ। ਮੈਂ ਆਸ ਕਰਦਾ ਤੁਹਾਨੂੰ ਦੋਨਾਂ ਵਿੱਚ ਬੈਨੀਫਿਟ ਅਤੇ ਜਾਂ ਲੋਸ ਪਤਾ ਲੱਗ ਗਏ ਹੋਣੇ ਆ। ਜਿਹੜਾ ਤੁਹਾਨੂੰ ਵਧੀਆ ਲੱਗਦਾ ਕਮੈਂਟ 'ਚ ਦੱਸਿਓ ਮੈਨੂੰ, ਕਮੈਂਟ ਕਰਕੇ। ਜੇ ਹੋਰ ਤੁਸੀਂ ਨੌਲੇਜ ਲੈਣਾ ਚਾਹੁੰਦੇ ਆ, ਮੇਰੇ ਤੁਸੀਂ ਇੰਸਟਾਗ੍ਰਾਮ 'ਤੇ ਵੀ ਮੈਨੂੰ ਫੋਲੋ ਕਰ ਸਕਦੇ ਆ। ਠੀਕ ਆ ਜੀ, ਅਤੇ ਮੈਨੂੰ
चैनल तो मेरा सबसक्राइब किया होना, तो बाकी जिन्हें नहीं किया सबसक्राइब कर लियो। ब्लॉग होर भी आने खप्पी भी करा, इनफोरमेशन वाले भी करा, जी मैं नॉलेज वधिया लग्या करूँगी देनी चाहिए आ। परसनल ओपीनियन ना, मैं कोई स्पोंसर्ड बेस्ड कभी वीडियो बनाई नहीं, जो बनाऊँगा पहली गल तो दस के बनाऊँगा भी हाँ भी स्पोंसर्ड आ। जी नहीं स्पोंसर होगी मैं सीधा दसूँगा भी मैं अपना ओपीनियन दे रहा, मैं दोनों से कोई बेनीफिट नहीं है। मैं सिर्फ ता पा रहा क्योंकि मैनू लगा हाँ भी जो चीज़ बेस्ट आ, क्योंकि पैसे घट्टो घट ता 3-4 हज़ार रुपया बर्बाद हो जाना जो तुम वायरलैस के चक्कर च पै गए, ठीक है नहीं। उही तुम्हें बेनीफिट आ, सिक्योरिटी भी वापस आ जानी है, कि आ मॉडम एक वह भी तुम्हें फ्री मिलता पाया 600 रुपया, कोई वीड्डी गल नहीं होंगी। जोड़े बंद ने 700 बिल पे करना, उस 600 रुपया कोई बड़ा नहीं है, ठीक है ना। वह भी बदल सब तो वीड्डी गल वापस आ जाना, साल की वारंटी देंगे मॉडम की। मैनू हूँ नाम चिता भुल गया आ, पता नहीं स्काई रू तक पता नहीं कुछ करके नाम होना, बॉक्स सामभ के रखो, साल की तुम वारंटी मिल जाती है वो मॉडम चेंज करके जाते। चलो ठीक है गाइस, आस करता सारों वीडियो वधिया लगी होगी, तो चैनल में कर दो सब्सक्राइब, तो अज की दो इजाजत, मिलते हैं तुम नैक्सट ब्लॉग। सत श्री अकाल।